ਔਰ ਅੱਜ ਅਸੀਂ ਸਮੂਹ ਟਰਾਂਸਪੋਰਟ ਵੱਲੋਂ ਜਿਹੜਾ 16 ਫਰਵਰੀ ਦਾ ਜਿਹੜਾ ਬੰਦ ਦੀ ਕਾਲ ਆ ਉਹਦੇ ਵਿੱਚ ਸਮੂਹ ਟਰਾਂਸਪੋਰਟ ਆਪਰੇਟਰ ਵੀ ਅਤੇ ਮਜ਼ਦੂਰ ਵੀ ਸਾਰੇ ਜਿੰਨੇ ਹੈਗੇ ਆ ਬਹੁਤ ਵੱਡੇ ਪੱਧਰ 'ਤੇ ਅਸੀਂ ਜਿਹੜਾ ਕੱਲ੍ਹ ਦਾ ਸਮਰਥਨ ਦੇਵਾਂਗੇ ਕਿਸਾਨ ਜਥੇਬੰਦੀਆਂ ਨੂੰ ਜਿਹੜੀਆਂ ਇਸ ਵੇਲੇ ਸਾਡੇ ਸਿੱਬੂ ਬਾਰਡਰ ਦੇ ਉੱਤੇ ਜਿਹੜੀਆਂ ਬਹੁਤ ਵੱਡੀ ਲੜਾਈ ਲੜ ਰਹੀਆਂ ਵਾ ਉਹਨਾਂ ਦੇ ਸਮਰਥਨ ਵਾਸਤੇ ਅਸੀਂ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਵਾ ਸਾਰੀਆਂ ਇੱਕ ਮੰਚ 'ਤੇ ਹੋ ਗਏ ਅਸੀਂ ਕੱਲ੍ਹ ਦਾ ਜਿਹੜੀ ਬੰਦ ਦੀ ਕਾਲ ਹੈ ਉਹਦੇ ਵਿੱਚ ਪੂਰਾ ਤਨ ਮਨ ਅਤੇ ਧਨ ਦੇ ਨਾਲ ਜਿਹੜਾ ਸਮਰਥਨ ਦੇ ਰਹੇ ਹਾਂ ਮਿੰਨੀ ਆਪਰੇਟਰ ਯੂਨੀਅਨ ਨਹੀਂ ਹੋਇਆ ਔਰ ਵਰਕਰ ਯੂਨੀਅਨ ਨਹੀਂ ਆ ਮਾਲਕਾਂ ਵੱਲੋਂ ਵੀ ਸਾਰੀਆਂ ਜਿਹੜੀਆਂ ਵਾ ਸਾਰੇ ਆਪਣੇ ਮਜ਼ਦੂਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਵਾ ਵੀ ਜਿੱਥੇ ਵੀ ਆਪਣੀਆਂ ਟਰਾਂਸਪੋਰਟਾਂ ਦੀਆਂ ਅੱਜ ਰਾਤ ਨੂੰ ਗੱਡੀਆਂ ਖੜ੍ਹ ਜਾਂਦੀਆਂ ਉੱਥੇ ਹੀ ਉਹਨਾਂ ਦਾ ਚੱਕਾ ਜਾਮ ਰਹਿਣ ਦੇਣਾ ਵਾ ਜਿਹੜਾ ਲੋਕ ਸਰਕਾਰ ਨੂੰ ਇਸ ਗੱਲ ਦਾ ਸਾਹਸ ਹੋਵੇ ਵੀ ਇਹ ਵੀ ਹੀ ਪ੍ਰਾਈਵੇਟ ਵਰਕਰ ਅਤੇ ਮਜ਼ਦੂਰ ਜਿਹੜੇ ਆ ਕਿਸਾਨ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਵੀ ਕੋਈ ਸੰਘਰਸ਼ ਲੜਨਾ ਹੋਊਗਾ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਬਹੁਤ ਵੱਡੇ ਪੱਧਰ 'ਤੇ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ ਸੋ ਅਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਇਸ ਵੇਲੇ ਬਾਰਡਰਾਂ 'ਤੇ ਲੜ ਰਹੀਆਂ ਵਾ ਗੋਲੀਆਂ ਦਾ ਸਾਹਮਣਾ ਕਰ ਰਹੀਆਂ ਵਾ ਹੋਰ ਜਿਹੜੇ ਉਹਨਾਂ ਦੇ ਉੱਤੇ ਰਾਕਟ ਲੈਂਚਰ ਸੁੱਟੇ ਜਾ ਰਹੇ ਉਹਨਾਂ ਦਾ ਸਾਹਮਣਾ ਕਰ ਰਹੇ ਆ ਉਹਨਾਂ ਵਾਸਤੇ ਅਸੀਂ ਬਹੁਤ ਵੱਡਾ ਜਿਹੜਾ ਵਾ ਉਪਰਾਲਾ ਕਰਕੇ ਅਤੇ ਅਸੀਂ ਵੀ ਆਪਣੀਆਂ ਟਰਾਂਸਪੋਰਟਾਂ ਵੱਲੋਂ ਦਿੱਲੀ ਬਾਰਡਰ 'ਤੇ ਪਹੁੰਚਣ ਦੀਆਂ ਵੱਡੇ ਪੱਧਰ 'ਤੇ ਤਿਆਰੀਆਂ ਕਰ ਰਹੇ ਆ ਸੋ ਜਿਵੇਂ ਤੁਸੀਂ ਕਿਹਾ ਕਿ ਕੱਲ੍ਹ ਬੱਸਾਂ ਬੰਦ ਹੀ ਰਹਿਣਗੀਆਂ ਜਿੱਥੇ ਖੜ੍ਹ ਗਏ ਉੱਥੇ ਚੱਕਾ ਜਾਮ ਹੋ ਜਾਊਗਾ ਜਿਹਨੂੰ ਐਮਰਜੈਂਸੀ ਪੈ ਜੇ ਆਉਣ ਜਾਣ ਵਾਸਤੇ ਦੇਖੋ ਜੀ ਐਮਰਜੈਂਸੀ ਜਿਹੜੀਆਂ ਸੇਵਾਵਾਂ ਵਾ ਜਿਸ ਤਰ੍ਹਾਂ ਐਂਬੂਲੈਂਸ ਆ ਜਾਂ ਹੋਰ ਜਿੱਦਾਂ ਇਹਨਾਂ ਨੂੰ ਜਿਹੜੀ ਇਹਨਾਂ ਨੂੰ ਤਾਂ ਛੋਟ ਆ ਨਾ ਕਿੱਡੀ ਵੱਡੀ ਹੜਤਾਲ ਹੋਵੇ ਜਿਹੜੀ ਐਂਬੂਲੈਂਸ ਹੋਵੇ ਮੈਡੀਕਲ ਹੋਵੇ ਜਿਹੜੀ ਇਹਨਾਂ ਨੂੰ ਪਹਿਲੇ ਦਿਨੋਂ ਜਿਹੜੀ ਹੈ ਇਹਨਾਂ ਨੂੰ ਆਵਾਜਾਈ ਦੀ ਜਿਹੜੀ ਉਹ ਛੋਟ ਆ ਵੀ ਇਹ ਆਪਣਾ ਕੋਈ ਵੀ ਮਰੀਜ਼ ਹੋਵੇ ਦੁੱਖ ਤਕਲੀਫ ਹੋਵੇ ਉਹਦੇ ਵਾਸਤੇ ਆਪਣੇ ਐਡਮਿਟ ਹੋਣ ਵਾਸਤੇ ਹਸਪੀਟਲ ਆਉਣ ਜਾਣ ਦੇਖੋ ਜੀ ਮੁਸਾਫਰਾਂ ਦੇ ਕੋਲ ਆਪਣੇ ਸਾਧਨ ਹੈਗੇ ਆ ਜਿਨ੍ਹਾਂ ਨੂੰ ਐਮਰਜੈਂਸੀ ਲੋੜ ਹੈ ਉਹ ਆਪਣਾ ਸਾਧਨ ਲੈ ਕੇ ਆਪਣਾ ਜਿਹੜਾ ਸਫ਼ਰ ਉਹ ਤੈਅ ਕਰ ਸਕਦੇ ਜਿੱਥੋਂ ਤੀਕ ਜਾਣਾ ਹੋਵੇ ਉਹਨਾਂ ਨੇ ਅਗਰ ਜੇ ਕੋਈ ਕਿਤੇ ਧਰਨਾ ਲੱਗਾ ਵਾ ਤੇ ਉੱਥੇ ਵੀ ਆਪਣੀ ਰਿਕੁਐਸਟ ਦੱਸ ਕੇ ਤੇ ਉਹਨੂੰ ਧਰਨੇ ਨੂੰ ਪਾਸ ਕਰ ਸਕਦੇ ਆ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਕੋਈ ਜਥੇਬੰਦੀਆਂ ਜਿਹੜੀਆਂ ਐਮਰਜੈਂਸੀ ਨੂੰ ਕੋਈ ਰੁਕਾਵਟ ਪਾਉਣ ਇਹੋ ਜਿਹੀ ਕੋਈ ਜਥੇਬੰਦੀ ਨਹੀਂ ਹੈਗੀ ਬਹੁਤ ਵੱਡੇ ਸਾਡੇ ਸੁਲਝੇ ਹੋਏ ਜਿਹੜੇ ਲੀਡਰ ਆ ਬੜੇ ਉੱਚੇ ਪੱਧਰ ਦੇ ਜਿਹੜੇ ਉਹ ਦਿੱਲੀ ਬਾਰਡਰਾਂ 'ਤੇ ਬੈਠੇ ਆ ਔਰ ਸੰਘਰਸ਼ ਦੇ ਵਿੱਚ ਹੀ ਉਹ ਬੈਠੇ ਹੁੰਦੇ ਆ ਉਹ ਹਰ ਇੱਕ ਦੀ ਜਿਹੜੀ ਆ ਜਿਹੜੀ ਆਵਾਜਾਈ ਦੀ ਸੇਫ ਹੈ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੂੰ ਲਾਊਡ ਕਰਦੇ ਆ ਅਸੀਂ ਜੀ ਮੀਟਿੰਗ ਇਸ ਕਰਕੇ ਕੀਤੀ ਆ ਅਸੀਂ ਜੋ ਪ੍ਰਾਈਵੇਟ ਵਰਕਰ ਮਤਲਬ ਰੋਡਵੇ ਦਾ ਵਰਕਰ ਇਹ ਸਭ ਜਿਹੜੀ ਆ ਹੜਤਾਲ ਕਰਾਂਗੇ ਬਿਲਕੁਲ ਜੇ ਸਾਨੂੰ ਬਹਿਣਾ ਪਿਆ ਬਵਾਂਗੇ ਵੀ ਜ਼ਰੂਰ ਅਤੇ ਅਸੀਂ ਜਾ ਰਹੇ ਹਾਂ ਉੱਦਾਂ ਤਾਂ ਦਿੱਲੀ ਵੀ ਅਸੀਂ ਇੱਥੋਂ ਜਾ ਰਹੇ ਹਾਂ ਬੰਦੇ ਬੜੇ ਪਰ ਅਸੀਂ ਸਾਰਾ ਵਰਕਰ ਜਿਹੜਾ ਅੰਮ੍ਰਿਤਸਰ ਪਠਾਨਕੋਟ ਬਿਲਕੁਲ ਕੋਈ ਚੀਜ਼ ਨਹੀਂ ਚੱਲਣ ਦੇਵਾਂਗੇ ਆਪਾਂ ਸਾਰੀ ਦੁਨੀਆ ਦੇ ਨਾਲ ਹੀ ਸਵਾਗਤ ਕਰਾਂਗੇ ਜਿਹੜੀ ਤੁਸੀਂ ਕਿਹਾ ਵੀ ਮਤਲਬ ਆਉਣ ਜਾਣ ਵਾਸਤੇ ਜਗ੍ਹਾ ਵਾ ਉਹ ਤਾਂ ਮਤਲਬ ਹੀ ਕੋਈ ਨਹੀਂ ਗਾ ਉਹਨੂੰ ਰੋਕ ਹੀ ਨਹੀਂ ਸਕਦਾ ਕੋਈ ਬੰਦਾ ਬਿਮਾਰ ਹੋ ਜਾਂਦਾ ਕਿਸੇ ਦੀ ਕੋਈ ਵਿਆਹ ਸ਼ਾਦੀ ਆ ਇਹਦੇ ਵਾਸਤੇ ਜ਼ਰੂਰ ਜਾਏਗਾ ਕੋਈ ਬੰਦਾ ਵੀ ਉਹਦੇ ਹੱਥੇ ਰਾਹ ਵੀ ਦਿੱਤਾ ਜਾਏਗਾ ਉਹਨਾਂ ਵਾਸਤੇ ਤਾਂ ਮਤਲਬ ਪਹਿਲਾਂ ਲੌਸ ਕੀਤਾ ਵਾ ਅਸੀਂ ਪਹਿਲਾਂ ਅੱਜ ਤੋਂ 10 ਦਿਨ ਪਹਿਲਾਂ ਲੌਸ ਕੀਤਾ ਜਿੰਨੇ ਜਾਣਾ ਉਹਨੇ ਪਹਿਲਾਂ ਹੀ ਚੱਲ ਜਾਣਾ ਵਾ ਉਹ ਟਾਈਮ ਦੇ ਟਾਈਮ ਕਿਸੇ ਬੰਦੇ ਨੇ ਨਹੀਂ ਆਉਣਾ ਜਿਹੜਾ ਲੌਸ ਕੀਤਾ ਗਿਆ ਵਾ ਅੱਜ ਤੋਂ 10 ਦਿਨ ਪਹਿਲਾਂ ਕਿਹਾ ਗਿਆ ਵਾ ਅਤੇ 10 ਦਿਨ ਜਿੰਨੇ ਜਾਣਾ ਉਹਨਾਂ ਕੱਲ੍ਹ ਦਾ ਦਿਨ ਤਾਂ ਮਤਲਬ ਹੀ ਕੋਈ ਨਹੀਂ ਕੋਈ ਘਰੋਂ ਨਿਕਲੇ ਅਤੇ ਜੇ ਕੋਈ ਨਿਕਲਦਾ ਵੀ ਆ ਤੂੰ ਆਪਣੀ ਗੱਡੀ ਲੈ ਕੇ ਨਿਕਲੇਗਾ ਨਿੱਕੀ ਗੱਡੀ ਵੱਡੀ ਗੱਡੀ ਨਹੀਂ ਚੱਲੇਗੀ